ਸੁਖਮਣੀ ਕਿਹਨੂੰ ਕਹਿੰਦੇ ਹੈ? ਸੁਖਮਣੀ ਪ੍ਰਾਪਤ ਕਿਵੇਂ ਹੁੰਦੀ ਹੈ? ਵਿਦਵਾਨਾਂ ਨੇ ਦੋ ਤਿੰਨ ਅਰਥ ਕੀਤੇ ਹਨ। ਸੁਖਮਣੀ ਸੁੱਖਾਂ ਦੀ ਮਣੀ ਜਾਂ ਮਨ ਨੂੰ ਸੁੱਖ ਦੇਣ ਵਾਲੀ ਬਾਣੀ। ਪਰ ਸਤਿਗੁਰੂ ਜੀ ਨੇ ਜਦੋਂ ਸੁਖਮਣੀ ਦੇ ਅਰਥ ਕੀਤੇ ਹੈ, ਬਾਣੀ ਦਾ ਨਾਂ ਸੁਖਮਣੀ ਹੈ, ਸਾਹਿਬ ਅਸੀਂ ਲਾਉਂਦੇ ਹਾਂ ਸਤਿਕਾਰ ਵਜੋਂ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਾਣੀ ਦਾ ਨਾਮ ਸੁਖਮਣੀ ਹੈ, ਗੌੜੀ ਸੁਖਮਣੀ ਮਹੱਲਾ ਪੰਜਵਾਂ। ਅਤੇ ਸੁਖਮਣੀ ਦੇ ਪਾਤਸ਼ਾਹ ਜੀ ਸਾਨੂੰ ਅਰਥ ਦੱਸਦੇ ਹਨ ਨਰਹਾਉ ਦੀ ਪੰਕਤੀ ਵਿੱਚ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਵਿਸਰਾਮ। ਸੁਖਮਣੀ ਕੀ ਹੈ? ਪਾਤਸ਼ਾਹ ਜੀ ਕਹਿੰਦੇ ਪ੍ਰਭੂ ਦਾ ਨਾਮ ਜੋ ਸਾਨੂੰ ਸੁੱਖ ਦਿੰਦਾ ਹੈ। ਅਤੇ ਨਾਮ ਭਗਤਾਂ ਦੇ ਹਿਰਦੇ ਵਿੱਚ ਵੱਸਦਾ ਹੈ। ਆਮ ਆਦਮੀ ਨੂੰ ਤਾਂ ਪਤਾ ਹੀ ਨਹੀਂ ਨਾਮ ਕੀ ਹੁੰਦਾ ਹੈ। ਭਗਤਾਂ ਦੇ ਹਿਰਦੇ ਵਿੱਚ ਵੱਸਦਾ ਕਿਉਂਕਿ ਉਹਨਾਂ ਨੂੰ ਪਤਾ ਨਾਮ ਕੀ ਹੈ। ਉਹ ਚੰਗੀ ਤਰ੍ਹਾਂ ਸਮਝਦੇ ਅਤੇ ਫਿਰ ਆਪਣੇ ਦਿਲੋ ਦਿਮਾਗ ਵਿੱਚ ਵਸਾ ਲੈਂਦੇ ਹਨ। ਭਗਤਾਂ ਦੀ ਇਹ ਨਿਸ਼ਾਨੀ ਹੈ ਕਿ ਨਾਮ ਦਾ ਸਦਕਾ ਉਹਨਾਂ ਦੇ ਜੀਵਨ ਦੇ ਵਿੱਚ ਟਿਕਾਓ ਆ ਜਾਂਦਾ ਹੈ, ਸਹਿਜ ਆ ਜਾਂਦਾ ਹੈ, ਜੀਵਨ 'ਚ ਵਿਸਰਾਮ ਆ ਜਾਂਦਾ ਹੈ, ਟਿਕਾਓ ਆ ਜਾਂਦਾ ਹੈ। ਆਮ ਹਾਲਤ ਵਿੱਚ ਸਾਡਾ ਮਨ ਟਿਕਦਾ ਨਹੀਂ ਹੈ, ਭੱਜਾ ਫਿਰਦਾ ਹੈ, ਦੌੜਾ ਫਿਰਦਾ ਹੈ, ਕਿੱਧਰ ਜਾਂਦਾ ਹੈ? ਬੁਰੇ ਪਾਸੇ, ਵਿਕਾਰਾਂ ਵੱਲ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਬਚਨ, ਪਾਤਸ਼ਾਹ ਜੀ ਕਹਿੰਦੇ ਮਾਈ ਮਨ ਮੇਰੋ ਵਸ ਨਾਹੀਂ, ਨਿਸ ਵਾਸਰ ਵਿਖਿਅਨ ਸਿਉ ਤਾਵਤ, ਕੇ ਵਿਦ ਰੋਕੋਂ ਤਾਹੇ। ਵਿਖਿਆ ਦੇ ਵੱਲ ਜਾਂਦਾ, ਜ਼ਹਿਰ ਵੱਲ ਜਾਂਦਾ, ਬੁਰਾਈਆਂ ਵੱਲ ਜਾਂਦਾ, ਬੁਰੇ ਪਾਸੇ ਨੂੰ ਭੱਜਦਾ ਹੈ। ਇਹਨੂੰ ਰੋਕਣਾ ਹੈ। ਭਗਤਾਂ ਦਾ ਮਨ ਜਿਹੜਾ ਹੈ ਟਿਕ ਜਾਂਦਾ, ਉਹ ਬੁਰੇ ਪਾਸੇ ਨਹੀਂ ਜਾਂਦਾ। ਫਿਰ ਬੁਰੇ ਪਾਸਿਓਂ ਉਹਨਾਂ ਨੇ ਰੋਕ ਲਿਆ ਹੈ, ਰੋਕ ਲਾ ਦਿੱਤੀ ਪੱਕੇ ਤੌਰ 'ਤੇ, ਉਹਨਾਂ ਦਾ ਮਨ ਭਟਕਦਾ ਨਹੀਂ, ਉਹ ਟਿਕਾਓ 'ਚ ਰਹਿੰਦੇ, ਸ਼ਾਂਤ ਰਹਿੰਦੇ, ਮੌਜ ਵਿੱਚ ਰਹਿੰਦੇ, ਆਨੰਦ ਵਿੱਚ ਰਹਿੰਦੇ।
ਤਾਂ ਸੁਖਮਨੀ ਸਾਹਿਬਾਣੀ ਦੀ ਇਹ ਜੋ ਸ਼ਬਦ ਹੈ ਇਹ ਸ਼ਬਦ ਦੇ ਅੰਦਰ ਪਾਤਸ਼ਾਹ ਜੀ ਨੇ ਪਰਮਾਤਮਾ ਨਾਲ ਪ੍ਰੇਮ ਦੀ ਗੱਲ ਕੀਤੀ ਹੈ। ਇਹ ਜੋ ਅਸ਼ਟਪਦੀ ਹੈ ਇਹਦੇ ਪਹਿਲੇ ਜਿਹੜਾ ਸਲੋਕ ਹੈ ਉਹ ਹੈ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਫਿਰਤ ਫਿਰਤ ਫਿਰਦਿਆਂ ਫਿਰਦਿਆਂ ਭਟਕਦਿਆਂ ਭਟਕਦਿਆਂ ਕਦੀ ਕਿਤੇ ਗਿਆ ਕਦੀ ਕਿਤੇ ਗਿਆ ਭਟਕਦਾ ਰਿਹਾ ਮਿਲਿਆ ਕੁਛ ਨਹੀਂ ਕਿਤਿਓਂ ਵੀ। ਭੱਟਾ ਨੇ ਵੀ ਆਪਣੀ ਬਾਣੀ 'ਚ ਜ਼ਿਕਰ ਕੀਤਾ ਹੈ। ਉਹ ਕਹਿੰਦੇ ਅਸੀਂ ਵੀ ਇਸ ਗੁਰੂ ਘਰ ਵਿੱਚ ਆਉਣ ਤੋਂ ਪਹਿਲਾਂ ਕਈ ਜਗ੍ਹਾ 'ਤੇ ਗਏ ਰਹੇ ਸੰਤ ਹਾਂ ਟੋਲ ਸਾਧ ਬਹੁ ਤੇਰੇ ਡਿੱਠੇ ਸੰਨਿਆਸੀ ਤਪਸੀ ਹੈ ਮੁੱਖੋਂ ਇਹ ਪੰਡਿਤ ਮਿੱਠੇ ਵਰਸ ਏਕ ਹਾਂ ਫਿਰਿਓ। ਇੱਕ ਸਾਲ ਕਹਿੰਦੇ ਅਸੀਂ ਫਿਰਦੇ ਰਹੇ ਵਰਸ ਏਕ ਹਾਂ ਫਿਰਿਓ ਕਿਨੋ ਨਾ ਪਰਚੋ ਲਾਇਓ ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਕਿਤੇ ਮਨ ਸੰਤੁਸ਼ਟ ਨਹੀਂ ਹੋਇਆ ਕਹਿੰਦੇ ਬੜਾ ਕੁਛ ਸੀ ਪਰ ਜੋ ਕਹਿੰਦੇ ਉਹ ਕਰਦੇ ਨਹੀਂ ਸੀ ਜੋ ਕਹਿੰਦੇ ਉਹਨਾਂ ਦੇ ਜੀਵਨ ਵਿੱਚੋਂ ਉਹ ਨਹੀਂ ਸੀ ਦਿਸਦਾ। ਕਹਿੰਦੇ ਬੜਾ ਕੁਛ ਸੀ ਬੜੀਆਂ ਵੱਡੀਆਂ ਵੱਡੀਆਂ ਫੜਾਂ ਮਾਰਦੇ ਸੀ ਪਰ ਉਹ ਕੁਛ ਹੈ ਨਾ ਉਹਨਾਂ ਦੇ ਜੀਵਨ 'ਚ ਉਹ ਗੱਲ ਨਹੀਂ ਸੀ। ਇਸ ਕਰਕੇ ਮਨ ਸੰਤੁਸ਼ਟ ਨਹੀਂ ਹੋਇਆ ਮਨ ਦੀ ਤਸੱਲੀ ਨਹੀਂ ਹੋਈ ਅਤੇ ਗੁਰੂ ਘਰ ਵਿੱਚ ਆ ਕੇ ਪੂਰੀ ਤਰ੍ਹਾਂ ਤਸੱਲੀ ਹੋ ਗਈ।